ਅਸਲ ਪੂਰੀ ਸਟੋਰੀ ਤੁਹਾਨੂੰ ਨਾ ਰੌਲਾ ਦੱਸ ਦਿੰਦਾ ਕਿ ਪੂਰਾ ਰੌਲਾ ਕੀ ਅੱਜ, ਠੀਕ ਆ? ਥੋੜ੍ਹਾ ਜਿਹਾ ਮਸਲ ਨਾ ਲੰਬੀ ਗੱਲ ਹੋ ਜਾਵੇਗੀ, ਲੇਕਿਨ ਤੁਹਾਨੂੰ ਹੀ ਸਮਝ ਆ ਜਾਵੇ ਅੱਜ ਆ। ਅਲਹਮਦੁਲਿਲਾ ਜੀ, ਬਿਲਕੁਲ ਜਿਹੜਾ ਹੈਗਾ ਨਾ ਲਿਪਾਈ ਕਰ ਦਿੱਤੀ ਸ਼ੁਰੂ, ਔਰ ਸਾਰਿਆਂ ਤੋਂ ਪਹਿਲੇ ਜਿੱਥੋਂ ਕੱਢਿਆ ਨਾ ਤੂੜੀ, ਪਾਣੀ ਵਗੈਰਾ ਤਰੋਕ ਦਿੱਤਾ ਇਹਦੇ ਉੱਪਰ, ਔਰ ਥੱਲੇ ਪਾਣੀ ਜਿਹੜਾ ਹੈਗਾ ਨਾ ਕਿੰਨਾ ਨਿਕਲਦਾ ਪਿਆ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਨੇ? ਗੁੱਡ ਮਾਰਨਿੰਗ। ਅਲਹਮਦੁਲਿਲਾ ਜੀ, ਘਰ ਦਾ ਕੰਮ ਜਿਹੜਾ ਹੈਗਾ ਨਾ ਸਟਾਰਟ ਕਰ ਦਿੱਤਾ, ਔਰ ਸਭ ਤੋਂ ਪਹਿਲੇ ਤੂੜੀ ਜਿਹੜੀ ਹੈ ਨਾ ਚੁਕਾ ਕੇ ਇੱਥੇ ਨਾ ਬਾਹਰ ਰਖਾ ਰਹੇ ਹਾਂ, ਜਿਹੜੀ ਅੰਦਰ ਪਈ ਸੀ, ਕਿਉਂਕਿ ਇਹ ਵਾਲੀ ਤੂੜੀ ਨਾ ਹੁਣ ਡੰਗਰਾਂ ਦੇ ਖਾਵਣ ਦੇ ਲਾਇਕ ਨਾ, ਮੱਝ ਮੂੰਹ ਦੇ ਖਾਵਣ ਦੇ ਲਾਇਕ ਨਹੀਂ ਬਚੀ। ਇਹਦੀ ਨਾ ਤੁਸੀਂ ਲਿਪਾਈ ਵਗੈਰਾ ਕਰ ਸਕਦੇ ਹੋ, ਕਿਉਂਕਿ ਹੁਣ ਇਹ ਤਕਰੀਬਨ 1.5 ਸਾਲ ਪੁਰਾਣੀ ਹੋ ਗਈ ਹੈ, ਔਰ ਦੇਖੋ ਇਹਦਾ ਕਲਰ ਵੀ ਕਾਫੀ ਜ਼ਿਆਦਾ ਚੇਂਜ ਹੋ ਗਿਆ। ਅੱਜ ਵਾਸਤੇ ਤੂੜੀ ਜਿਹੜੀ ਹੈ ਨਾ ਹੁਣ ਨਵੀਂ ਲੈਣੀ ਪੈਣੀ ਆ, ਇਹ ਵਾਲੀ ਤੂੜੀ ਜਿਹੜੀ ਹੈ ਨਾ ਛੱਪੜ ਛੁੱਪੜ ਦੀ ਲਿਪਾਈ ਵਗੈਰਾ ਉਹਦੇ ਵਾਸਤੇ ਨਾ ਮੈਂ ਕਿਹਾ ਸਟਾਕ ਕਰਕੇ ਉੱਥੇ ਬਾਹਰ ਰੱਖ ਲੈਂਦੇ ਹਾਂ, ਔਰ ਮੱਝ ਵਾਸਤੇ ਨਾ ਹੁਣ ਨਵੀਂ ਤੂੜੀ ਲੈਂਦੇ ਹਾਂ। ਸਾਰੇ ਬੂਟਿਆਂ ਨੂੰ ਸੁਬਹ ਸੁਬਹ ਜਿਹੜਾ ਹੈਗਾ ਨਾ ਪਾਣੀ ਦੇ ਦਿੱਤਾ, ਆਖਰੀ ਬੂਟਾ ਰਹਿ ਗਿਆ। ਜਦੋਂ ਦੀ ਮੋਟਰ ਲਵਾਈ ਹੈ ਨਾ, ਮਾਸ਼ਾਅੱਲਾ, ਪੌਦੇ ਵੀ ਸਬਜ਼ੀਆਂ ਵੀ ਸਾਰੀਆਂ ਸਬਜ਼ ਹੋ ਗਈਆਂ ਨੇ ਕਾਫੀ ਜ਼ਿਆਦਾ, ਮਸਲ ਸਿਹਤਮੰਦ, ਟਾਈਮ 'ਤੇ ਪਾਣੀ ਵਗੈਰਾ ਲੱਗਦਾ ਰਹਿੰਦਾ ਨਾ ਇਸ ਕਰਕੇ। ਇਹ ਵਾਲਾ ਲੈਮਨ ਗੱਡਿਆ ਸੀ ਅਤੇ ਇਹਦੇ 'ਤੇ ਬਿਲਕੁਲ ਖਤਮ ਹੋ ਗਏ ਸੀ ਪੱਤੇ ਵਗੈਰਾ, ਔਰ ਇਹ ਵੀ ਮਾਸ਼ਾਅੱਲਾ ਨਾ ਫੁੱਟਣਾ ਸ਼ੁਰੂ ਹੋ ਗਿਆ। ਦੇਖੋ ਪਹਿਲੇ ਬਿਲਕੁਲ ਖਰਾਬ ਹੋ ਗਿਆ ਸੀ, ਵਾਲ ਬਹੁਤ ਜ਼ਿਆਦਾ ਲੀਕ ਹੋਣ ਲੱਗ ਗਿਆ, ਚੈੱਕ ਕਰੋ ਨਾ ਕਿੰਨਾ ਜ਼ਿਆਦਾ ਪਾਣੀ ਆ ਰਿਹਾ, ਔਰ ਸਾਰਾ ਇਹਦਾ ਕੰਮ ਹੈ। ਔਰ ਮੈਂ ਮਿਸਤਰੀ ਬਾਈ ਵਾਸਤੇ ਜਿਹੜਾ ਹੈਗਾ ਨਾ ਪਾਣੀ ਵਗੈਰਾ ਲੈ ਕੇ ਚੱਲਿਆ ਉੱਧਰ, ਔਰ ਇਹ ਵਾਲੇ ਖੁੱਡਿਆਂ ਦਾ ਹੁਣ ਨਾ ਡਾਵਣ ਦਾ ਟਾਈਮ ਆ ਚੁੱਕਿਆ। ਹਾਂਜੀ, ਬੱਚੇ ਹਾਲੇ ਤੱਕ ਨਾ ਸੋ ਰਹੇ ਨੇ, ਮਿਸਤਰੀ ਬਾਈ ਵੀ ਇੱਕ ਲੱਗਿਆ ਹੋਇਆ। ਬੇਗਮ ਸਾਹਿਬਾਂ ਨੇ ਕਿਹਾ ਕਿ ਟਾਈਮੋ ਟਾਈਮ ਜਿਹੜਾ ਹੈਗਾ ਨਾ ਇਹ ਆ ਸਾਡੀਆਂ ਸੁਬਹ ਦੀਆਂ ਹੀ ਰੋਟੀਆਂ ਹਾਲੇ ਹੁਣ ਪੱਕਣੀਆਂ ਨੇ, ਕਿਉਂਕਿ ਸੁਬਹ ਦਾ ਅੱਜ ਨਾ ਹਾਲੇ ਤੱਕ ਕੋਈ ਸ਼ੈ ਵੀ ਨਹੀਂ ਪਕਾਈ, ਅਤੇ ਬੇਗਮ ਸਾਹਿਬਾਂ ਨੇ ਕਿਹਾ ਕਿ ਤੰਦੂਰ ਵਾਲੀਆਂ ਰੋਟੀਆਂ ਹੀ ਪਕਾ ਲਈਏ ਸੁਬਹ ਸੁਬਹ, ਫਿਰ ਗਰਮ ਕਰ ਲਾਂਗੇ। ਤਕਰੀਬਨ ਟਾਈਮ 9 ਵੱਜਣ ਵਾਲੇ ਨੇ, ਅਤੇ ਮਿਸਤਰੀ ਬਾਈ ਜਿਹੜਾ ਹੈਗਾ ਨਾ ਉਹਨਾਂ ਵਾਸਤੇ ਰੋਟੀਆਂ ਪਕਾਉਣੀਆਂ ਹੀ ਪਕਾਉਣੀਆਂ ਨੇ, ਅਤੇ ਦੁਪਹਿਰ ਟਾਈਮ ਮੁਸ਼ਕਿਲ ਹੋ ਜਾਂਦੀ, ਹੁਣ ਸੁਬਹ ਸੁਬਹ ਜਿਹੜਾ ਹੈਗਾ ਨਾ ਪਕਾ ਲਵੀਏ, ਅਤੇ ਸਭ ਤੋਂ ਬਿਹਤਰੀਨ ਕੰਮ ਹੈ, ਕਿਉਂਕਿ ਹੁਣ ਠੰਡ ਵੀ ਹੈ, ਪਕਾ ਕੇ ਰੱਖ ਦਿਆਂਗੇ ਨਾ ਦੁਪਹਿਰ ਟਾਈਮ ਦੇ। ਗਰਮੀ ਹੈ, ਗਰਮ ਹੀ ਗਰਮ ਹੋਣੀਆਂ ਨੇ ਰੋਟੀਆਂ, ਤਾਂ ਕੋਈ ਨਹੀਂ ਮਸਲਾ। ਕਮਰਾ ਹੋ ਚੁੱਕਿਆ ਜੀ ਖਾਲੀ, ਤੂੜੀ ਆ ਗਈ ਸਾਰੀ ਇੱਧਰ, ਅਲਹਮਦੁਲਿਲਾ। ਇਹਦੇ ਉੱਪਰ ਨਾ ਛਾਪਰ ਪਾ ਕੇ ਨਾ, ਛਾਪਰ ਉਹੀ ਇਸਤੇਮਾਲ ਕਰਨਾ ਜਿਹੜਾ ਉਹ ਸਵੀਮਿੰਗ ਪੂਲ ਬਣਾਉਣ ਵਾਸਤੇ ਕੀਤਾ ਸੀ ਨਾ, ਉਵੇਂ ਨਵਾਂ ਪਿਆ। ਇਹਦੇ ਉੱਪਰ ਉਹ ਛਾਪਰ ਪਾ ਕੇ ਅਤੇ ਉੱਪਰੋਂ ਜਿਹੜੀ ਹੈਗੀ ਨਾ ਬਿਲਕੁਲ ਕਰ ਦਿਆਂਗੇ ਲਿਪਾਈ, ਔਰ ਥੋੜ੍ਹਾ ਬਹੁਤ ਲਿਪਾਈ ਵਾਸਤੇ ਤੂੜੀ ਰੱਖ ਲਈਏ। ਸਲੇ 'ਚ ਪਹਿਲੇ ਤੂੜੀ ਜਿਹੜੀ ਹੈ ਨਾ ਥੋੜ੍ਹੀ ਜਿਹੀ ਜ਼ਿਆਦਾ ਲੈ ਲਈ ਸੀ, ਕਿਉਂਕਿ ਲਈ ਵੀ ਹੈਗੀ ਸੀ ਸਰਦੀਆਂ ਦੇ ਅੰਦਰ, ਅਤੇ ਇਸ ਵਾਰੀ ਹੁਣ ਗਰਮੀਆਂ 'ਚ ਲਵਾਂਗੇ, ਗਰਮੀਆਂ 'ਚ ਇਸਤੇਮਾਲ ਹੁੰਦੀ। ਇਸ ਵਾਰੀ 1.5 ਕਿੱਲੇ ਦੀ ਲਵਾਂਗੇ, ਲੇਕਿਨ ਇਹ ਕੋਸ਼ਿਸ਼ ਕਰਾਂਗੇ ਕਿ 19 ਕੁ ਲਵਾਂਗੇ, ਜਿੰਨੀ ਕੁ ਜਿਹੜੀ ਨਾ ਸਾਲ 'ਚ ਇਸਤੇਮਾਲ ਕਰ, ਕਿਉਂਕਿ ਜਦੋਂ ਨਵੀਂ ਆ ਜਾਂਦੀ ਹੈ ਨਾ ਤਾਂ ਫਿਰ ਪੁਰਾਣੀ ਜਿਹੜੀ ਹੈਗੀ ਨਾ ਮੱਝ ਨਹੀਂ ਏਡਾ ਖਾਸ ਖਾਂਦੀ, ਅਤੇ ਹੈ ਤਾਂ ਵੀ ਸਹੀ ਪਈ, ਲੇਕਿਨ ਇੰਨੀ ਸਹੀ ਨਹੀਂ ਪਈ ਹੋਈ ਖਾਣ ਦੇ ਹਿਸਾਬ 'ਚ ਨਾ, ਬਾਹਰ ਹੋ ਗਈ ਤਾਂ ਮੱਟੀ ਇਹਦੇ ਵਿੱਚ। ਪਾਣੀ ਵਗੈਰਾ ਤਰੋਕ ਦਿੱਤਾ ਇਹਦੇ ਉੱਪਰ, ਔਰ ਥੱਲੇ ਪਾਣੀ ਜਿਹੜਾ ਹੈਗਾ ਨਾ ਕਿੰਨਾ ਨਿਕਲਦਾ ਪਿਆ, ਕਿਉਂਕਿ ਇਹਨੂੰ ਦਲੀਪਾਈ ਵਗੈਰਾ ਕਰਨੀ ਹੈ ਨਾ, ਅਤੇ ਗਾਰਾ ਜਿਹੜਾ ਹੈਗਾ ਨਾ ਬਣਾਇਆ ਹੈ ਜੀ ਅਸੀਂ ਇੱਧਰ ਅੰਦਰ, ਤੂੜੀ ਸਾਰੀ ਜਿਹੜੀ ਹੈ ਨਾ ਨਿਕਲ ਗਈ ਸੀ, ਔਰ ਸ਼ੁਕਰ ਹੈ ਕਿ ਬਿਜਲੀ ਆ ਗਈ ਹੈ, ਨਹੀਂ ਤਾਂ ਸਾਨੂੰ ਡਬਲ ਜਿਹੜੀ ਹੈ ਨਾ ਮਿਹਨਤ ਕਰਨੀ ਪੈਣੀ ਸੀ, ਨਲਕੇ ਤੋਂ ਪਾਣੀ ਭਰਨਾ ਪੈਣਾ ਸੀ। ਅਲਹਮਦੁਲਿਲਾ ਜੀ, ਬਿਲਕੁਲ ਜਿਹੜਾ ਹੈਗਾ ਨਾ ਲਿਪਾਈ ਕਰ ਦਿੱਤੀ ਸ਼ੁਰੂ, ਔਰ ਸਾਰਿਆਂ ਤੋਂ ਪਹਿਲੇ ਜਿੱਥੋਂ ਕੱਢਿਆ ਨਾ ਤੂੜੀ, ਬਾਈ ਨੇ ਗਾਰਾ ਬਣਾਇਆ ਅਤੇ ਲਿਪਾਈ ਮੈਂ ਕਿਹਾ ਮੈਂ ਕਰਨਾ, ਕਿਉਂਕਿ ਬਾਈ ਕਹਿ ਰਿਹਾ ਮੈਨੂੰ ਇਤਨਾ ਸਮਝ ਨਹੀਂ ਹੈ ਲਿਪਾਈ ਦੀ, ਮੈਂ ਕਿਹਾ ਚਲੋ ਲਿਪਾਈ ਜਿਹੜੀ ਹੈ ਨਾ ਮੈਂ ਕਰ ਦਿੰਦਾ, ਅਤੇ ਬਾਕੀ ਗਾਰਾ ਵਗੈਰਾ ਇਹ ਸੈੱਟ ਕੀਤੀ ਜਾਵੇਗਾ। ਇੰਨਾ ਇੰਨਾ ਬੜਾ ਹੈ ਵੈਸੇ, ਇੰਨਾ ਬੜਾ ਜ਼ਿਆਦਾ ਆਪਾਂ ਮੋਟਾ ਲਿਮ ਕੇ, ਉਹ ਬਦਲਾ ਪਰਲਾ ਤਾਂ ਬੜਾ ਮੋਟਾ ਲਿਮਿਆ ਸੀ, ਲੇਕਿਨ ਇਹ ਇਤਨਾ ਬੜਾ ਹੈ।
ਸਾਰੀ ਦੀ ਸਾਰੀ ਅੰਦਰੋਂ ਜਿਹੜੀ ਇਹਨਾਂ ਲਿਪਾਈ ਕਰ ਲਈ ਹੈ ਜੀ ਅਲਹਮਦੁਲਿਲਾ। ਬਸ ਦਰਮਿਆਨੀ ਜੀ ਲਿਪਾਈ ਕੀਤੀ ਕਿਉਂਕਿ ਇੱਥੇ ਮੁਰਗੀਆਂ ਵਗੈਰਾ ਨਾ ਰਹਿਣਾ, ਇੰਨੀ ਸਫਾਈ ਵਗੈਰਾ ਨਹੀਂ ਕੀਤੀ, ਪੂਰਾ ਸੂਰੀ ਲਿਪਾਈ ਹੋਈ ਆ। ਗਾਰਾ 'ਤੇ ਬਣਾਇਆ ਸੀ ਇਹ ਆਲਾ ਇਹ ਦੜ ਲਿੰਬਣ ਵਾਸਤੇ, ਲੇਕਿਨ ਅਸਲ 'ਤੇ ਮਸਲਾ ਪਤਾ ਕੀ ਹੋਇਆ, ਉਹ ਸਾਡਾ ਪ੍ਰੋਜੈਕਟ ਹੋ ਗਿਆ ਫੇਰ। ਇਸ ਸਾਈਡ ਤੋਂ ਲਿਪਾਈ ਅਸੀਂ ਕਰੂ ਸੀ ਅਤੇ ਤੂੜੀ ਥੱਲੇ ਗਿਰ ਰਹੀ ਸੀ, ਇਹ ਸਾਡਾ ਨਾ ਮਿਸ਼ਨ ਫੇਲ ਹੋ ਗਿਆ। ਫਿਰ ਜਿਸ ਤਰੀਕੇ ਨੈਚੁਰਲ ਤੌਰ 'ਤੇ ਬਾਹਰਲੇ ਮਸਲ ਪਿੰਡਾਂ ਥਾਵਾਂ 'ਤੇ ਖੇਤਾਂ ਦੇ ਵਿੱਚ ਦੜਾਂ ਵਗੈਰਾ ਲਿਪਾਈ ਹੁੰਦੀਆਂ ਨਾ, ਮਸਲ 'ਤੇ ਗਾਰਾ ਵਗੈਰਾ ਵਿੱਚ ਮੱਟੀ ਵਗੈਰਾ ਸੱਟ ਕੇ ਅਤੇ ਉਹਦਾ ਲੇਪ ਜਿਹਾ ਬਣਾ ਕੇ ਪਤਲਾ ਮਸਲ ਬਣਾ ਕੇ ਅਤੇ ਫਿਰ ਉਹ ਹੁੰਦੇ ਇਹਦੇ ਉੱਤੇ ਜੱਟਾਂ ਗਏ ਨਾ, ਜੱਟ ਕੇ ਵੀ ਜਿਹੜਾ ਹੈਗਾ ਨਾ ਬਾਈ ਕਹਿ ਰਿਹਾ ਉਹ ਬਣੇਗਾ, ਉੱਧਰੋਂ ਇਹਨਾਂ ਲਿਪਾਈ ਹੈ ਬਿਲਕੁਲ ਨਹੀਂ ਹੋਣੀ ਛਾਪਰ ਵਗੈਰਾ ਪਾ ਕੇ, ਤਾਂ ਕਰਕੇ ਜਿਹੜੀ ਤਿੰਨ ਸਾਰਿਆਂ ਤੋਂ ਪਹਿਲੇ ਇਹ ਵਾਲਾ ਕੰਮ ਕਰਨਾ ਸੀ। ਟਾਈਮ ਤਕਰੀਬਨ ਹੁਣ 6 ਵਜਣ ਵਾਲੇ ਨੇ, ਤਕਰੀਬਨ 12 ਕੁ ਵਜੇ ਜਿਹੜਾ ਹੈਗਾ ਨਾ ਮਿਸਤਰੀ ਭਾਈ ਜਿਹੜਾ ਆਇਆ ਹੋਇਆ ਸੀ ਨਾ ਉਹ ਚਲਾ ਗਿਆ, ਔਰ ਉਸ ਤੋਂ ਬਾਅਦ ਮੈਂ ਵੀ ਸੌ ਗਿਆ, ਮਿਸਤਰੀ ਭਾਈ ਵੀ ਕੋਈ ਨਹੀਂ ਆਇਆ। ਔਰ ਬੱਦਲ ਵਗੈਰਾ ਕਾਫੀ ਗਹਿਰੇ ਬਣੇ ਹੋਏ ਨੇ, ਕੱਲ੍ਹ ਤਰ੍ਹਾਂ ਬਾਰਿਸ਼ ਬੁਰੇ ਤੋਂ ਇਮਕਾਨ ਕੋਈ ਨਹੀਂ। ਔਰ ਬੇਗਮ ਸਾਹਿਬਾਂ ਤੋਰੀ ਆਪਣੇ ਕੱਪੜੇ ਕੁਪੜੇ ਮਸ਼ੀਨ ਮਸ਼ੂਨ ਚਲਾ ਚਲੂ ਕੇ, ਔਰ ਮੈਂ ਚੱਲ ਕੇ ਤੁਹਾਨੂੰ ਦਿਖਾਉਂਦਾ ਕਿ ਉੱਧਰ ਜਿਹੜਾ ਹੈਗਾ ਨਾ ਕਿੰਨਾ ਕੰਮ ਹੋਇਆ ਸੀ। ਅਬਦੁਲ ਰਹਿਮਾਨ ਸਾਹਿਬ ਅੱਗੇ ਗਿਆ ਔਰ ਮੈਂ ਸੌ ਗਿਆ ਸੀ, ਬੇਗਮ ਸਾਹਿਬਾਂ ਨੇ ਹੁਣ ਉਠਾਇਆ ਜਦੋਂ ਸ਼ਾਮ ਹੋ ਗਈ। ਕਿਆ ਬਾਤ ਹੈ, ਉਹ ਮਿਸਤਰੀ ਨੂੰ ਫੋਨ ਕਰਨਾ ਸੀ ਨਾ ਬਲਕਿ ਉਹਨੂੰ ਲੈ ਕੇ ਉੱਧਰੋਂ ਆਉਣਾ ਸੀ, ਥੋੜ੍ਹਾ ਬਹੁਤ ਕੰਮ ਰਹਿੰਦਾ ਸੀ ਹਾਲੇ ਤੱਕ ਕਰਨ ਵਾਲਾ, ਅਤੇ ਹੁਣ ਉਹ ਜਿਹੜਾ ਹੈਗਾ ਨਾ ਰੁਕ ਗਿਆ ਕੰਮ। ਇੱਧਰ ਸਫਾਈ ਬੈਕ ਸਾਈਡ ਵਾਲੀ ਕਰਨੀ ਸੀ, ਕੋਈ ਇੱਟਾਂ ਵਗੈਰਾ ਐਕਸਟਰਾ, ਇਹ ਜਿਹੜਾ ਸਮਾਨ ਪਿਆ ਸੀ ਗਾਡਰ ਇਹ ਵਾਲਾ, ਇਹ ਉੱਪਰ ਨਾ ਛੱਤ 'ਤੇ ਪਹੁੰਚਾਉਣਾ ਸੀ ਕਿਉਂਕਿ ਇੱਥੇ ਥੱਲੇ ਨਾ ਕਾਫੀ ਬੁਰਾ ਲੱਗਦਾ ਪਿਆ ਔਰ ਬਿਲਕੁਲ ਫਜ਼ੂਲ ਪਿਆ ਇਹ ਵਾਲਾ ਵੀ। ਔਰ ਇਹ ਵਾਲਾ ਸਮਾਨ ਵੀ ਉੱਪਰ ਰੱਖਣਾ ਸੀ, ਜਿਵੇਂ ਟੁੱਟੀਆਂ ਹੋਈ ਕੁਰਸੀਆਂ ਵਗੈਰਾ ਜਾਂ ਉਹ ਕਬਾੜ 'ਤੇ ਚਲੋ ਸੇਲ ਕਰਦੇ ਵੀ ਆ, ਅਤੇ ਇਹ ਗੰਬਲੇ ਗੁੰਬਲੇ ਵੀ ਇੱਥੋਂ ਚੱਕਣੇ ਸੀ, ਦੋਵੇਂ ਜਿਹੜੇ ਪਏ ਨੇ ਇਹ ਖਾਲੀ ਕਰਾਉਣੇ ਸੀ ਕਿਉਂਕਿ ਮੇਰੇ ਇਕੱਲੇ ਕੋਈ ਗੰਬਲੇ ਚੱਕੇ ਨਹੀਂ ਨਾ ਜਾਣੇ। ਅਤੇ ਇਹ ਵਾਲੀ ਜਗ੍ਹਾ 'ਤੇ ਬਿਲਕੁਲ ਪਹਿਲੇ ਹੀ ਮੁਕੰਮਲ ਕਰ ਲਈ ਸੀ, ਔਰ ਇਸ ਤੋਂ ਬਾਅਦ ਇਹ ਵਾਲੀ ਲਿਪਾਈ ਕੀਤੀ ਜਿਹੜੀ ਤੂੜੀ ਬਾਹਰ ਖਿੱਚੀਆਂ, ਜਿਵੇਂ ਦੜਾਂ ਨਹੀਂ ਲਿੰਬੀਦੀਆਂ ਸਾਡੇ ਇਲਾਕੇ ਵਿੱਚ, ਉਵੇਂ ਜਿਹੜਾ ਹੈਗਾ ਨਾ ਦੜ ਬਣਾ ਕੇ ਨਾ ਲਿੰਬੀ, ਇੱਥੇ ਗਾਰਾ ਜਿੰਦਾ ਬਣਾ ਕੇ ਨਾ ਉੱਪਰ ਜੱਟ ਜੁੱਟ ਕੇ ਇਹਨਾਂ ਨੂੰ ਬਿਲਕੁਲ ਬੰਦ ਕਰ ਦਿੱਤਾ। ਸੂਰਜ ਮੇਰੇ ਖਿਆਲ ਹੈ ਉੱਥੇ ਸਾਹਮਣੇ ਹੈ ਕਿ ਲੱਥ ਗਿਆ ਕੋਈ ਸੁਰ, ਪਤਾ ਨਹੀਂ ਅੱਜ ਨਜ਼ਰ ਨਹੀਂ ਆ ਰਿਹਾ। ਔਰ ਅਸੀਂ ਪਹੁੰਚ ਚੁੱਕੇ ਹਾਂ ਜੀ ਪੱਠੇ ਵੱਢਣ ਵਾਸਤੇ, ਔਰ ਪੱਠੇ ਵੀ ਇੱਥੋਂ ਵੀ ਸਾਡੇ ਹੋ ਚੁੱਕੇ ਨੇ ਜੀ ਖਤਮ। ਇੱਥੋਂ ਹੀ ਮਾੜਾ ਜਿਹਾ ਕਿਆਰਾ ਮਿਲਿਆ ਸੀ, ਲੇਕਿਨ ਉਹ ਵੀ ਹੁਣ ਖਤਮ ਹੋ ਗਿਆ। ਹੁਣ ਮੈਂ ਸੋਚ ਰਿਹਾ ਕਿ ਸੁਬਹ ਕਿੱਥੋਂ ਵੜਨੇ ਨੇ, ਕਿਉਂਕਿ ਸੁਬਹ ਦੇ ਨਹੀਂ ਨੇ, ਅੱਜ ਦੇ ਸਿਰਫ ਖੜੇ ਨੇ। ਚਲੋ ਸੁਬਹ ਅੱਲਾ ਖੈਰ ਕਰੇਗਾ, ਦੇਖਿਆ ਜਾਵੇਗਾ। ਇਹ ਸਾਹਮਣੇ ਥੋੜ੍ਹੇ ਜਿਹੇ ਖੜੇ ਨੇ, ਇਹ ਬੰਨਾ ਸੈਂਟਰ 'ਚ ਇਹ ਹਾਲਾ ਉੱਚਾ ਨਜ਼ਰ ਆ ਰਿਹਾ ਤੋੜ ਤੱਕ ਬੰਨਾ। ਇਹ ਕਿਆਰਾ ਸਾਨੂੰ ਮਿਲਿਆ ਸੀ, ਇਹ ਥੋੜ੍ਹੇ ਜਿਹੇ ਖੜੇ ਨੇ ਔਰ ਥੋੜ੍ਹੇ ਜਿਹੇ ਇਸ ਨੁੱਕਰ 'ਚ ਖੜੇ ਹੋਏ ਨੇ। ਕੱਲ੍ਹ ਦਾ ਪੱਠਿਆਂ ਦਾ ਬੰਦੋਬਸਤ ਕਰਨਾ ਪੈਣਾ ਹੁਣ, ਅਗਰ ਅੱਜ ਕੰਜੂਸੀ ਨਾ ਅੱਧੇ ਵੜ ਕੇ ਲੈ ਜਾਈਏ ਨਾ ਤਾਂ ਫਿਰ ਸੁਬਹ ਦਾ ਵੀ ਥੋੜ੍ਹਾ ਬਹੁਤਾ ਸਰ ਜਾਵੇਗਾ, ਲੇਕਿਨ ਕੰਜੂਸੀ ਨਾ ਕਰਾਂਗੇ ਰਾਤ ਨੂੰ ਫਿਰ ਅੱਧੀ ਮੱਝ ਭੁੱਖੀ ਰਹਿ ਜਾਵੇਗੀ। ਕੋਸ਼ਿਸ਼ ਕਰਨਾ ਅਤੇ ਇਹ ਮੇਰੇ ਖਿਆਲ ਪਰਲੀ ਸਾਈਡ 'ਤੇ ਕਿਸੇ ਦੇ ਪੱਠੇ ਖੜੇ ਨੇ, ਪੁੱਛਣੇ ਆ ਜਾਣ ਲੱਗੇ ਨਾ, ਪੱਠੇ ਪੁੱਠੇ ਪਹਿਲੇ ਵੱਢ ਲੈਂਦੇ ਹਾਂ ਫਿਰ ਬਾਅਦ ਦੇ ਪੁੱਛਣੇ ਆ ਕਿਹਨਾਂ ਦੇ ਖੜੇ ਨੇ, ਇਹਨਾਂ ਨੂੰ ਹੱਥ ਲਾਉਂਦੇ ਹਾਂ। ਮੌਸਮ ਅੱਜ ਹੀ ਮਾਸ਼ਾਅੱਲਾ ਕੱਲ੍ਹ ਤਰ੍ਹਾਂ ਬਿਲਕੁਲ ਠੰਡਾ ਠੰਡਾ, ਬੱਦਲ ਵਗੈਰਾ ਬਣੇ ਹੋਏ ਨੇ, ਕਿਆ ਬਾਤ ਹੈ ਜੀ। ਔਰ ਪੱਠੇ ਵੱਢ ਕੇ ਲੈ ਕੇ ਆ ਗਿਆ, ਅਗਰ ਸਹੀ ਗੱਲ ਕਰਾਂ ਨਾ ਤਾਂ ਜ਼ਬਰਦਸਤੀ ਅੱਜ ਪੱਠੇ ਵੱਢਣ ਗਿਆ, ਜਿਵੇਂ ਜ਼ਬਰਦਸਤੀ ਦਿਲ ਮੇਰਾ ਜ਼ਰਾ ਸਾਰਾ ਵੀ ਨਹੀਂ ਕਰਦਾ ਪਿਆ, ਮੱਛਰ ਪੈ ਗਿਆ ਤੁਹਾਨੂੰ ਬਤਾਵਾਂ, ਉੱਡ ਗਿਆ ਉੱਡ ਗਿਆ ਮੱਛਰ ਜਿਹੜਾ ਹੈਗਾ ਨਾ
ਕੱਲ ਦੀ ਠੰਡ ਪੈਣੀ ਸ਼ੁਰੂ ਹੋਈ ਹੈ ਨਾ, ਅਤੇ ਮੱਛਰ ਇੰਨਾ ਜ਼ਿਆਦਾ ਆ ਗਿਆ ਨਾ ਕਿ ਤੁਹਾਨੂੰ ਕੀ ਦੱਸਾਂ, ਰਾਤ ਨੂੰ ਸੌਣ ਨਹੀਂ ਦਿੰਦਾ। ਅਤੇ ਹੁਣ ਸੋਚਦਾ ਪਿਆ ਲੇਟ ਹੋ ਗਈ ਹੈ ਭਾਵੇਂ ਨਾ, ਅਤੇ ਜਾ ਕੇ ਸ਼ਹਿਰੋਂ ਮੱਛਰ ਮਾਰੋ, ਮਸਲ ਕੀ ਸਕਦੇ ਨੇ ਸਿਕਿਉਰਟੀ ਗਾਰਡ, ਉਹ ਜਿਹੜਾ ਹੈਗਾ ਆਪਣਾ ਲੈ ਆਵਾਂਗੇ, ਨਹੀਂ ਤਾਂ ਰਾਤ ਨੂੰ ਮੱਛਰ ਸੌਣ ਨਹੀਂ ਦਿੰਦੇ। ਬੇਗਮ ਸਾਹਿਬਾ ਨੇ ਆਪਣੇ ਜਿਹੜੇ ਹੈਗੇ ਨਾ ਕੱਪੜੇ ਵਗੈਰਾ ਧੋ ਲਏ ਨੇ, ਮਸ਼ੀਨ ਅੰਦਰ ਰੱਖ ਦਿੱਤੀ ਹੈ ਨਾ। ਹਾਂ, ਬੱਦਲ ਬਣੇ ਹੋਏ ਨੇ ਅਤੇ ਹੋ ਸਕਦਾ ਕਿ ਜਿਹੜਾ ਹੈਗਾ ਨਾ ਬਾਰਿਸ਼ ਹੋ ਜਾਵੇ, ਕੋਈ ਪਤਾ ਨਹੀਂ, ਕਿਉਂਕਿ ਇਸ ਸਾਈਡ 'ਤੇ ਅੱਲਾ ਕਰੇ ਜ਼ੋਰ ਦੀ ਬਾਰਿਸ਼ ਹੋਵੇ ਨਾ, ਫਿਰ ਗੱਲ ਹੈ। ਮਸ਼ੀਨ ਵਗੈਰਾ ਚੰਗੀ ਠੰਡ ਬਣ ਸੀ ਜਿਵੇਂ ਮਰੀ ਹੁੰਦੀ ਇੱਥੇ। ਹਾਂ, ਮਸ਼ੀਨ ਵਗੈਰਾ ਅੰਦਰ ਰੱਖ ਦਿੰਦੇ ਹਾਂ ਅਸੀਂ ਰੋਜ਼। ਹੁਣ ਇਹ ਵਾਲੀ ਸਾਰੀ ਜਗ੍ਹਾ ਅੱਜ ਖਾਲੀ ਕਰਾਉਣੀ ਸੀ, ਲੇਕਿਨ ਫਿਰ ਨਾ ਮਿਸਤਰੀ ਭਾਈ ਚਲਾ ਗਿਆ ਅੱਧੀ ਦਿਹਾੜੀ ਲਾ ਕੇ। ਚਲੋ ਕੋਈ ਨਹੀਂ, ਇਨਸ਼ਾਅੱਲਾ ਹੁਣ ਨੈਕਸਟ ਟਾਈਮ ਸੁਬਹ ਜਾਂ ਪਰਸੋਂ ਜਿਹੜਾ ਹੈਗਾ ਨੂੰ ਆਵੇਗਾ, ਫਿਰ ਸਾਰਾ ਕੰਮ ਕੰਪਲੀਟ ਕਰਾਵਾਂਗੇ ਇਨਸ਼ਾਅੱਲਾ। ਮੱਝ ਨੂੰ ਪੱਠੇ ਵਗੈਰਾ ਜਿਹੜਾ ਹੈਗਾ ਨਾ ਪਾ ਦਿੱਤੇ ਨੇ, ਕੁਤਰ ਕੇ ਸ਼ੌਕੀ ਨਹੀਂ ਪਾ ਦਿੱਤੇ ਨੇ। ਹੁਣ ਤਿਆਰੀ ਚੱਲ ਰਹੀ ਹੈ ਜੀ ਸੌਣ ਦੀ। ਅਬਦੁਲ ਹਾਦੀ ਜਿਹੜਾ ਹੈਗਾ ਨਾ ਰੋਈ ਜਾਂਦਾ, ਔਰ ਹੁਣ ਦੁੱਧ ਵਗੈਰਾ ਤਾਂ ਚੋ ਲਿਆ ਸੀ, ਔਰ ਅਸੀਂ ਬਣਾਉਣਾ ਹੈ ਜੀ ਦੁੱਧ ਸੋਡਾ। ਇਹ ਕੀ ਆਉਂਦਾ ਹੈ, ਰੋਈ ਜਾ ਰਿਹਾ, ਇਹ ਕੀ ਖਾਧ ਜਾਂਦਾ ਹੈ? ਨਹੀਂ 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 ਨਹੀਂ, ਤੇਰਾ ਮਜ਼ਾਕ ਨਹੀਂ ਬਣਾਉਂਦਾ ਪਿਆ, ਨਹੀਂ ਨਹੀਂ ਮਜ਼ਾਕ ਨਹੀਂ ਬਣਾਉਂਦਾ ਪਿਆ। ਹਾਂ, ਔਰ ਬੇਗਮ ਸਾਹਿਬਾਂ ਦੁੱਧ ਸੋਡਾ ਜਿਹੜਾ ਹੈਗਾ ਨਾ ਬਣਾ ਰਹੀ ਹੈ। ਇਹ ਆ ਗਈ ਜੀ ਸਾਡੀ ਬਰਫ, ਅਤੇ ਮਾਸ਼ਾਅੱਲਾ ਬਰਫ ਜਿਹੜੀ ਹੈਗੀ ਨਾ ਜੰਮ ਜਾਂਦੀ। ਹੁਣ ਪਿਛਲੀਆਂ ਮੇਰੇ ਖਿਆਲ ਗਰਮੀਆਂ ਕਾਫੀ ਮੁਸ਼ਕਿਲ ਸੀ, ਬਿਜਲੀ ਚਲੀ ਜਾਂਦੀ ਸੀ, ਲੇਕਿਨ ਇਸ ਸਾਲ ਨਾ ਬਿਲਕੁਲ ਗਰਮੀਆਂ ਦੇ ਵਿੱਚ ਬਿਜਲੀ ਕੋਈ ਨਹੀਂ ਜਾਂਦੀ, ਕੋਈ ਕਿਸੇ ਟਾਈਮ ਕੋਈ ਅੱਧਾ ਘੰਟਾ ਜਾਂਦੀ ਹੋਵੇ ਤਾਂ ਜਾਂਦੀ ਹੋਵੇ, ਨਹੀਂ ਤਾਂ ਬਿਜਲੀ ਜਿਹੜਾ ਨਾ ਜਾਂਦੀ ਕੋਈ ਨਹੀਂ। ਇਹ ਵੀ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਬਿਜਲੀ ਮਹਿੰਗੀ ਬਹੁਤ ਜ਼ਿਆਦਾ ਹੋ ਗਈ, ਲੇਕਿਨ ਲੋਡ ਸ਼ੇਡਿੰਗ 'ਤੇ ਜਿਹੜੀ ਨਾ ਕਾਫੀ ਜ਼ਿਆਦਾ ਕੰਟਰੋਲ ਹੋ ਗਿਆ, ਲੇਕਿਨ ਮਹਿੰਗੀ ਅਤੇ ਫਿਰ ਅਸਮਾਨਾਂ 'ਤੇ ਜਿਹੜਾ ਨਾ ਗੇਮ ਪਹੁੰਚ ਗਈ। ਅਸੀਂ ਤਾਂ ਪਿਛਲੇ ਮਹੀਨੇ ਦਾ ਬਿੱਲ ਹੀ ਕੋਈ ਨਹੀਂ ਤਾਰਿਆ, ਅਤੇ ਇਸ ਮਹੀਨੇ 'ਤੇ ਜਿਹੜਾ ਹੈਗਾ ਨਾ ਫਿਰ ਹੁਣ ਇਕੱਠਾ ਬਿੱਲ ਤਾਰਾਂਗੇ, ਪਤਾ ਨਹੀਂ ਕਿੰਨਾ ਹੁੰਦਾ 2 ਮਹੀਨਿਆਂ ਦਾ, ਇਹ ਹੁਣ ਪਤਾ ਨਹੀਂ ਹੈ। ਰੋਜ਼ ਜਿਹੜਾ ਹੈਗਾ ਨਾ ਸ਼ਾਮ ਨੂੰ ਅਸੀਂ ਦੁੱਧ ਸੋਡਾ ਬਣਾਉਂਦੇ ਹਾਂ। ਇਹ ਹੈਗਾ ਜੀ ਦੁੱਧ, ਔਰ ਇਸ ਦੇ ਅੰਦਰ ਅਸੀਂ ਨਾ ਚੀਨੀ ਸ਼ਾਮਿਲ ਕੀਤੀ ਹੈ, ਅਤੇ ਉੱਪਰੋਂ ਪਾ ਰਹੇ ਹਾਂ ਜੀ ਬਰਫ਼। ਹਾਂਜੀ, ਸਾਡੇ ਦੁੱਧ ਸੋਡੇ ਤਾਜ਼ੇ ਅੱਖਾਂ ਦੇ ਸਾਹਮਣੇ ਤਿਆਰ ਹੋ ਰਹੇ ਨੇ, ਕੋਈ ਧੋਖਾ ਫਰੇਬ ਠੱਗੀ ਵਾਲਾ ਕੰਮ ਨਹੀਂ। ਦੁੱਧ ਸੋਡਾ ਸਾਡਾ ਬਣ ਕੇ ਬਿਲਕੁਲ ਹੋ ਚੁੱਕਿਆ ਹੈ ਜੀ ਰੈਡੀ। ਮਸਲ ਬਰਫ਼ ਪਾਈ ਸੀ ਅੱਛੀ ਤਰੀਕੇ ਠੰਡਾ ਕਰਕੇ, ਅਤੇ ਵਿੱਚ ਸੋਡੇ ਦੀ ਬੋਤਲ ਜਿਹੜੀ ਲੀਟਰ ਵਾਲੀ ਹੈ ਨਾ ਉਹ ਅਸੀਂ ਅੱਧੀ ਜਿਹੜੀ ਇਹਨਾਂ ਵਿੱਚ ਪਾ ਦਿੱਤੀ ਹੈ, ਅਤੇ ਦੁੱਧ ਸੋਡਾ ਬਣ ਕੇ ਬਿਲਕੁਲ ਹੋ ਗਿਆ ਹੈ ਜੀ ਰੈਡੀ। ਇਹ ਹੈ ਜੀ ਸਾਡੀ ਸ਼ਾਮ ਦੀ ਰੂਟੀਨ। ਰੋਜ਼ ਸ਼ਾਮ ਨੂੰ ਅਸੀਂ ਕਦੇ ਨਹੀਂ ਬਣਾਉਂਦੇ, ਰੋਜ਼ ਤੁਸੀਂ ਨਹੀਂ ਬਣਾਉਂਦੇ, ਕਦੇ ਕਦੇ ਵਿੱਚ ਹੋ ਜਾਂਦਾ, ਨਾਗਾ ਵੀ ਹੋ ਜਾਂਦਾ। ਹਾਂਜੀ, ਮੈਨੂੰ ਦਿੰਦੀ ਪਈ, ਬੱਚਿਆਂ ਨੂੰ ਦੇ, ਸਾਰਿਆਂ ਨੂੰ ਦੇ, ਮੈਂ ਬਾਅਦ ਵਿੱਚ ਪੀਨਾ। ਇਹ ਕਰੀ ਹੱਥ ਮੂੰਹ ਜਿਹੜਾ ਹੈਗਾ ਨਾ ਪੱਠੇ ਵੱਢ ਕੇ ਆਉਂਦੇ ਸੀ, ਮੈਂ ਹਾਲੇ ਤੱਕ ਹੱਥ ਮੂੰਹ ਪੁੱਜਦਾ ਹੋਇਆ, ਤੇ ਮੈਂ ਤੁਹਾਨੂੰ ਅੱਜ ਦਿਖਾ ਦੇ ਵੀ। ਕਾਫੀ ਸਾਰੇ ਕਮੈਂਟ ਵੀ ਆਉਂਦੇ ਸੀ ਕਿ ਦੁੱਧ ਸੋਡਾ ਕਿਵੇਂ ਬਣਦਾ, ਔਰ ਜ਼ਿਆਦਾਤਰ ਨਾ ਇੰਡੀਆ ਵਿੱਚ ਆਉਂਦੇ ਸੀ, ਕਿਉਂਕਿ ਇੰਡੀਆ ਦੇ ਵਿੱਚ ਅਲੱਗ ਅਲੱਗ ਮਸਲ ਚੀਜ਼ਾਂ ਦਾ ਨਾਂ ਹੁੰਦਾ, ਅਤੇ ਉਹ ਫਿਰ ਇਸ ਤਰੀਕੇ ਪਤਾ ਨਹੀਂ ਲੱਗਦਾ ਵੀ ਕਿਹੜੀ ਚੀਜ਼ ਇੱਥੇ ਕਹਿੰਦਾ ਨਾਂ ਲੈਂਦੇ ਪਏ ਨੇ, ਕਿਉਂਕਿ ਮੈਨੂੰ ਕਮੈਂਟ ਆਉਂਦੇ ਸੀ ਨਵਾਜ਼ ਬਈ ਦੁੱਧ ਸੋਡਾ ਕੀ ਹੁੰਦਾ ਇੰਡੀਆ ਦੇ ਵਿੱਚੋਂ ਜ਼ਿਆਦਾਤਰ, ਪਾਕਿਸਤਾਨ ਵਾਲਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਾ। ਵਲਾਗ ਕਰਦੇ ਹਾਂ ਜੀ ਖਤਮ, ਔਰ ਸਾਰੇ ਭੈਣ ਬਾਈਆਂ ਨੇ ਦੁਆ ਕਰਨੀ ਆ ਕਿ ਅੱਲਾ ਕਰੇ ਹੁਣ ਸੁਬਹ ਸਾਡਾ ਕੰਮ ਬਣ ਜਾਵੇ। ਅੱਜ ਜੁਮਾ ਸੀ, ਅੱਜ ਤਾਂ ਕੰਮ ਜਿਹੜਾ ਹੈਗਾ ਨਾ ਸਮੇਂ ਲੋਕ ਉੱਧਰ ਹੋਇਆ ਕੋਈ ਨਹੀਂ, ਨਹੀਂ ਤਾਂ ਅੱਜ ਨਾ ਉੱਧਰ ਚਲੇ ਜਾਈਆ, ਅਤੇ ਸੁਬਹ ਦਾ ਸਾਡਾ ਟਾਈਮ ਬਣ ਗਿਆ ਜ਼ਮੀਨ ਦਾ, ਔਰ ਕਾਫੀ ਸਾਰੀ ਦੁਆਵਾਂ ਦੀ ਲੋੜ ਹੈ, ਔਰ ਮੈਨੂੰ ਰਾਤ ਨੂੰ ਜਲਦੀ ਜਲਦੀ ਕੰਮ ਖਤਮ। ਹਾਂਜੀ, ਇਹ ਕਾਫੀ ਸਾਰੀ ਸਾਡੀ ਨਾ ਬਹੁਤ ਜ਼ਿਆਦਾ ਟੈਨਸ਼ਨ ਪਰੇਸ਼ਾਨੀ ਆ, ਯਕੀਨ ਕਰ ਜੋ ਬੜੀ ਮੁਸ਼ਕਿਲ ਨਾ ਜਿਹੜਾ ਹੈਗਾ ਨਾ ਕੰਮ ਸਾਡਾ ਬਣਦਾ ਪਿਆ। ਹਾਂ, ਸਾਲ ਹੋ ਗਿਆ, ਮੈਂ ਜ਼ਰੀਲ ਹੋ ਕੇ ਨਾ ਥੱਕਿਆ ਪਿਆ, ਖੀਰੀ
ਕੁਛ ਸਮਝ ਲਓ ਕਿ ਸਿਫਾਰਿਸ਼ਾਂ ਵਗੈਰਾ ਲਵਾ ਲਵੂ ਕੇ ਕੁਛ ਪੈਸੇ ਪੂਸੇ ਚਲਾ ਚਲੂ ਕੇ ਮਸਲ ਸਾਰਾ ਕੰਮ ਨਾ ਰਲਾ ਮਿਲਾ ਕੇ ਨਾ ਕੰਮ ਸਾਡਾ ਅਲਹਮਦੁਲਿਲਾ ਫਾਈਨਲੀ ਜਿਹੜਾ ਹੈਗਾ ਨਾ ਬਣਿਆ ਔਰ ਸੁਬਹ ਦਾ ਸਾਡਾ ਜਿਹੜਾ ਹੈਗਾ ਨਾ ਟਾਈਮ ਬਣਿਆ ਹੁਣ ਸੁਬਹ ਇਨਸ਼ਾਅੱਲਾ ਜਾਣਾ। ਦੂਸਰਾ ਵਲਾਗ ਵੀ ਖਤਮ ਕਰਨੇ ਆ ਅਤੇ ਆਖਰੀ ਗੱਲ ਕਰਨੀ ਆ ਕਿ ਕਾਫੀ ਸਾਰੇ ਨਾ ਮੈਨੂੰ ਕਮੈਂਟ ਸੀ ਕਿ ਨਵਾਜ਼ ਬਾਈ ਤੁਸੀਂ ਜਿਹੜਾ ਹੈਗਾ ਨਾ ਕੰਮ ਕਰਵਾ ਕੇ ਬਾਅਦ ਜਿਹੜਾ ਹੈਗਾ ਦੱਸਿਆ ਕਰੋ, ਤੁਸੀਂ ਕਿਸੇ ਨੂੰ ਦੱਸਿਆ ਨਾ ਕਰੋ। 11 ਮਹੀਨੇ ਤੇ ਹੋ ਗਏ ਨੇ, ਬਲਕਿ 12 ਮਹੀਨੇ ਸਾਲ ਤੋਂ ਉੱਪਰ ਬਲਕਿ ਟਾਈਮ ਹੋ ਗਿਆ। ਮੈਂ ਕਿਹੜਾ ਕਿਸੇ ਨੂੰ ਦੱਸਿਆ ਕਿ ਜ਼ਮੀਨ ਦਾ? ਮੈਂ 1-2 ਵਾਰ ਦੱਸਿਆ ਸੀ ਕਹਿੰਦਾ ਰੋੜਾ ਹੈ ਥੋੜਾ ਜਿਹਾ, ਲੇਕਿਨ ਚੁੱਪ ਚੁਪਾਤਾ ਕੰਮ ਸਾਡਾ ਕਰੀਏ ਜਾਂ ਦੱਸ ਕੇ ਕਰੀਏ ਹੋਇਆ ਤਾਂ ਪਹਿਲਾਂ ਹੀ ਕੋਈ ਨਹੀਂ, ਚੁੱਪ ਚੁਪਾਤਾ ਵੀ ਸਾਡਾ 11 ਸਾਲ ਹੋ ਗਿਆ ਅਤੇ ਹੁਣ ਦਾ ਉਦੋਂ ਹੋ ਜਾਵੇ ਅਤੇ ਹੁਣ ਵੀ ਅਤੇ ਬਾਕੀ ਕੋਈ ਨਹੀਂ। ਅੱਛਾ ਅਸਾਂ ਦੱਸਿਆ ਵੀ ਹੈ ਨਾ ਅਤੇ ਮਸਲਾ ਕੋਈ ਨਹੀਂ ਹੈ। ਅਗਰ ਕਿਉਂਕਿ ਉਹ ਕਾਫੀ ਸਾਰੇ ਐਸੀਆਂ ਚੀਜ਼ਾਂ ਹੈਗੀਆਂ ਸੀ ਕਿ ਨਵਾਜ਼ ਭਾਈ ਤੁਸੀਂ ਨਾ ਦੱਸਿਆ ਕਰੋ, ਕਾਫੀ ਸਾਰੇ ਲੋਕ ਜਿਹੜੇ ਹੈਗੇ ਨਾ ਕਿਸੇ ਨੂੰ ਪਤਾ ਲੱਗ ਜਾਵੇਗਾ ਤਾਂ ਫਿਰ ਉਹ ਜਿਹੜਾ ਹੈਗਾ ਕੁਛ ਨਾ ਕੁਛ ਕਰਵਾ ਦੇਵਣਗੇ। ਮੈਂ ਚਾਹੁੰਦਾ ਕਿ ਲੋਕ ਜਿਹੜੇ ਕੁਛ ਕਰਨਾ ਮਸਲ ਕਰਾਉਣਾ ਕਹਿੰਦੇ ਹੈਗਾ ਉਹ ਇੱਕੋ ਹੀ ਮਸਲ ਰੋੜਾ ਹੈ ਵਿੱਚ ਕਰਾਉਣਾ। ਅੱਲਾ ਮਾਫ਼ੀ, ਸਾਡੀ ਕਿਸੇ ਨੂੰ ਕੋਈ ਦੁਸ਼ਮਣੀ ਕੋਈ ਨਾ ਕਿਸੇ ਨੂੰ ਕੋਈ ਲੜਾਈ ਹੈ, ਅਗਲੇ ਦਿਨ ਹੀ ਗੱਲ ਕਰ ਰਿਹਾ ਸੀ। ਲੇਕਿਨ ਉਹ ਅਸਲ 'ਚ ਨਾ ਮੈਂ ਤੁਹਾਨੂੰ ਅੱਜ ਪੂਰੀ ਸਟੋਰੀ ਸਮਝਾਉਣਾ। ਮੈਂ ਕੁਛ ਐਸੇ ਕਮੈਂਟ ਵੀ ਦੇਖੇ ਸੀ ਕਿ ਨਵਾਜ਼ ਬਾਈ ਤੁਸੀਂ ਜਿਹੜਾ ਹੈਗਾ ਨਾ ਕਿਸੇ 'ਤੇ ਤੁਸੀਂ ਤਾਂ ਨਹੀਂ ਕੋਈ ਗੈਰ ਕਾਨੂੰਨੀ ਕਬਜ਼ਾ ਕੀਤਾ, ਐਸੀ ਕੋਈ ਗੱਲ ਨਹੀਂ ਹੈ, ਬਲਕਿ ਤੁਹਾਨੂੰ ਕਮੈਂਟ ਹੀ ਨਜ਼ਰ ਆ ਰਹੇ ਹੋਗੇ ਸੀ। ਕੋਈ ਗੱਲ ਨਹੀਂ, ਮੈਂ ਕਿਸੇ ਦੀ ਕੋਈ ਜ਼ਮੀਨ 'ਤੇ ਗੈਰ ਕਾਨੂੰਨੀ ਕਬਜ਼ਾ ਨਹੀਂ ਕੀਤਾ ਹੋਇਆ ਅਤੇ ਹਾਂ ਸਾਡੀ ਆਪਣੀ ਅਸਲ 'ਚ ਨਾ ਪੂਰੀ ਤੁਹਾਨੂੰ ਮੈਂ ਸਟੋਰੀ ਸੁਣਾ ਦਿੰਦਾ। 1-2 ਬਾਈਆਂ ਨੂੰ ਜਿਹਨਾਂ ਨੂੰ ਮੈਂ ਸਾਨੂੰ ਪਰਸਨਲ ਉਹਨਾਂ ਨੂੰ ਕਮੈਂਟ ਕਰਕੇ ਇੰਸਟਾਗ੍ਰਾਮ 'ਤੇ ਰਾਬਤਾ ਕਰਕੇ ਪੁੱਛਿਆ, ਉਹਨਾਂ ਨੂੰ ਦੱਸ ਦਿੱਤਾ ਸੀ ਅਸਲ ਪੂਰੀ ਸਟੋਰੀ ਤੁਹਾਨੂੰ ਨਾ ਰੋਲਾ ਦੱਸ ਦਿੰਦਾ ਕਿ ਪੂਰਾ ਰੋਲਾ ਕੀ ਅੱਜ। ਠੀਕ ਆ, ਥੋੜ੍ਹਾ ਜਿਹਾ ਮਸਲ ਨਾ ਲੰਬੀ ਗੱਲ ਹੋ ਜਾਵੇਗੀ ਲੇਕਿਨ ਤੁਹਾਨੂੰ ਵੀ ਸਮਝ ਆ ਜਾਵੇ ਆ ਜਾਵੇਗੀ ਸਾਰੀ। ਜ਼ਮੀਨ ਜਿਹੜੀ ਹੈ ਨਾ ਮਸਲ ਇਹ ਜਿਹਦੇ 'ਚ ਖੜੇ ਹੈਗੇ ਆ ਇਹਦਾ ਵੀ ਉਹ ਸੇਮ ਰੋਲਾ ਹੈ। ਠੀਕ ਹੈ, ਇਹ ਹਾਲਾਂਕਿ ਸਾਡੀ ਆਪਣੀ ਜ਼ਾਤੀ ਆ ਅਤੇ ਉਹ ਵਾਲੀ ਅਸੀਂ ਮੁੱਲ ਖਰੀਦੀ ਸੀ ਅਤੇ ਉਹ ਤਕਰੀਬਨ 1-2 ਸਾਲ ਪਹਿਲੇ ਮੁੱਲ ਖਰੀਦੀ ਸੀ। ਆਸਤਾ ਆਸਤਾ ਉਹਦੇ ਪੈਸੇ ਸਾਰੇ ਅਸੀਂ ਦੇ ਦਿੱਤੇ, ਹੁਣ ਕੋਈ ਥੋੜ੍ਹੇ ਬਹੁਤੇ ਰਹਿੰਦੇ ਨੇ ਉਹ ਵੀ ਨਾ ਲੱਗਣ ਤੋਂ ਬਾਅਦ ਉਹ ਵੀ ਅਸੀਂ ਜਿਹੜੇ ਹੈਗੇ ਨੇ ਉਹਨਾਂ ਨੂੰ ਦੇ ਦੇਣੇ ਨੇ। ਠੀਕ ਹੈ, ਉਹਦਾ ਮਸਲਾ ਇਹ ਹੈਗਾ ਸੀ ਕਿ ਉਹ ਵਾਲੀ ਜ਼ਮੀਨ ਜਦੋਂ ਅਸੀਂ ਖਰੀਦੀ ਸੀ ਨਾ ਉਦੋਂ ਸਾਨੂੰ ਨਹੀਂ ਪਤਾ ਸੀ ਕਿ ਉਹਦਾ ਕੋਈ ਰੋਲਾ ਹੈ। ਠੀਕ ਹੈ, ਜ਼ਮੀਨ ਅਸੀਂ ਖਰੀਦ ਲਈ, ਸਾਨੂੰ ਪਤਾ ਨਹੀਂ ਸੀ ਕਿ ਉਹ ਜ਼ਮੀਨ ਦਾ ਕੋਈ ਰੋਲਾ। ਜਦੋਂ ਉਹਨਾਂ ਨੂੰ ਪੈਸੇ ਵਗੈਰਾ ਦੇ ਦਿੱਤੇ, ਥੋੜ੍ਹੇ ਬਹੁਤੇ ਪੈਸੇ ਜਿਹੜੇ ਰਹਿ ਗਏ ਅਤੇ ਉਹ ਉਦੋਂ ਦੇਣੇ ਸੀ ਜਦੋਂ ਨਾ ਲੱਗਣੀ ਸੀ ਜ਼ਮੀਨ, ਅਤੇ ਅਸੀਂ ਜਦੋਂ ਨਾ ਕਰਵਾਉਣ ਗਏ ਹਾਂ ਅਤੇ ਅੱਗੋਂ ਜ਼ਮੀਨ ਦਾ ਰੋਲਾ ਨਿਕਲ ਆਇਆ। ਮਸਲ ਜ਼ਮੀਨ ਦੇ ਵਿੱਚ ਮਸਲਾ ਸੀ, ਨਾ ਨਹੀਂ ਲੱਗੀ, ਫਿਰ ਉੱਥੇ ਗੱਲ ਜਿਹੜੀ ਨਾ ਟੱਗੀ, ਨਾ ਉਹਨਾਂ ਨੂੰ ਪੈਸੇ ਦਿੱਤੇ ਮੈਂ ਬਾਕੀ ਜਿਹੜੇ ਰਹਿੰਦੇ ਸੀ ਅਤੇ ਨਾ ਸਾਡੇ ਜ਼ਮੀਨ ਨਾ ਹੋਈ, ਉਹ ਫਿਰ ਰੋਲਾ ਨਿਕਲਦਿਆਂ ਸਾਲ ਹੋਇਆ, ਕੱਲ੍ਹ ਸਾਲ ਤੋਂ ਉੱਪਰ ਟਾਈਮ ਹੋ ਗਿਆ। ਬਾਕੀ ਉਹ ਜ਼ਮੀਨ ਦੀ ਨਾ ਲੜਾਈ ਕੋਈ ਨਹੀਂ, ਉਹ ਜ਼ਮੀਨ ਇਸ ਦਾ ਮਸਲਾ ਨਹੀਂ ਹੈ, ਜ਼ਮੀਨ ਦਾ ਮਸਲਾ ਹੈਗਾ ਹੋਰ ਕਿਸੇ ਪਾਸੇ। ਪੂਰੀ ਖੇਵਟ ਹੁੰਦੀ ਮਸਲ ਇੱਕ ਮੁਰੱਬਾ ਹੈ ਨਾ, ਠੀਕ ਹੈ, ਮੁਰੱਬੇ ਦੇ ਵਿੱਚ ਕਾਫੀ ਸਾਰਾ ਪੂਰਾ ਪਿੰਡ ਦੇ ਕਾਫੀ ਸਾਰੇ ਘਰ ਆਉਂਦੇ ਨੇ, ਉਹ ਮੁਰੱਬਾ ਦਾ ਮੁਰੱਬਾ ਹੀ ਪੂਰਾ ਬਲਾਕ ਹੋਇਆ ਹੋਇਆ। ਇਹ ਨਹੀਂ ਕਿ ਖਾਲੀ ਮੇਰੀ ਜ਼ਮੀਨ ਦਾ ਮਸਲਾ ਹੈ, ਇਹ ਤਕਰੀਬਨ ਸਾਡੇ ਅੱਧੇ ਪਿੰਡ ਦੀ ਜ਼ਮੀਨ ਦਾ ਇਹੋ ਰੋਲਾ ਬਣਿਆ ਹੋਇਆ ਕੋਈ ਪਿੱਛੇ। ਹਾਂ, ਜਿਤਨੀ ਕੋ ਖੇਵਟ ਹੈਗੀ ਸੀ ਨਾ ਸਾਰੀ ਖੇਵਟ, ਪੂਰੀ ਖੇਵਟ ਦੀ ਖੇਵਟ ਹੀ ਬਲਾਕ ਹੈ। ਠੀਕ, ਉਹਦੇ ਤਾਂ ਮਸਲ ਕੋਈ ਨਾ ਸਟੇ ਹੋਇਆ ਹੋਇਆ, ਕੇਸ ਹੋਇਆ, ਪੂਰਾ ਮਸਲ ਨਿਜ਼ਾਮ ਪੂਰਾ ਪੂਰਾ ਖਰਾਬ ਹੈ। ਇਹ ਨਹੀਂ ਕਿ ਸਾਡਾ ਮਸਲਾ, ਹੁਣ ਉਹ ਅੱਲਾ ਕਰਦਾ ਕਿ ਅਸੀਂ ਉਹ ਸਿਰਫ ਸਮਝ ਲਓ ਗਵਾਹੀ ਦੇਣੀ ਹੈ, 2-4 ਬੰਦੇ ਲੈ ਕੇ ਸਮਝ ਲਓ ਕਿ ਜਾਣੇ ਨਾਲ ਕਿ ਉਹ ਤਹਿਸੀਲਦਾਰ ਜਾਂ ਉਹ ਕੀ ਸੱਦੇ ਨੇ ਪਟਵਾਰੀ ਨੂੰ ਕਹਾਂਗੇ ਕਿ ਬਾਈ ਸਾਡੀ ਜ਼ਮੀਨ ਦਾ ਕੋਈ ਰੋਲਾ ਨਹੀਂ ਹੈ ਅਤੇ ਤੁਸੀਂ ਜਿਹੜਾ ਸਟੇ ਕੀਤਾ ਮਖਸੂਸ ਕਰੋ। ਮਤਲਬ ਕਾਫੀ ਸਾਰੀ ਉਹ ਜੋ ਵਕੀਲ ਨਾਲ ਗੱਲ ਹੋ ਗਈ, ਅੱਲਾ ਕਰੇਗਾ, ਉਮੀਦ ਹੈ ਸੁਬਹ ਸਾਡਾ ਇਨਸ਼ਾਅੱਲਾ ਕੰਮ ਜਿਹੜਾ ਹੈਗਾ ਨਾ
ਬਣ ਜਾਵੇਗਾ। ਬਾਕੀ ਤੁਸੀਂ ਦੁਆ ਕਰਨੀ ਕਿ ਅਸੀਂ ਕਿਸੇ 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 ਹਾਂਜੀ ਅਸੀਂ ਕਿਸੇ ਦੀ ਜਿਹੜੀ ਹੈਗੀ ਨਾ ਕੋਈ ਗੈਰ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਹੋਇਆ, ਐਸੀ ਕੋਈ ਗੱਲ ਨਹੀਂ ਹੈ। ਔਰ ਤੁਹਾਨੂੰ ਪਤਾ ਹੈ ਕਿ ਮੈਂ ਕੋਈ ਲੜਾਈ ਪਸੰਦ ਬੰਦਾ ਹੀ ਨਹੀਂ, ਮੈਂ ਤਾਂ ਤੇ ਸਾਲ ਹੋ ਗਏ ਚੁੱਪ ਕਰਕੇ ਬੈਠਾ ਹੋਇਆ। ਔਰ ਮੈਨੂੰ ਦੱਸਣ ਦਾ ਫਾਇਦਾ ਇਹ ਹੋਇਆ ਕਿ ਕਾਫੀ ਸਾਰਿਆਂ ਨੇ ਮੈਨੂੰ ਕੋਈ ਮਸ਼ਵਰੇ ਦਿੱਤੇ ਨੇ ਕਮੈਂਟ ਕਰਕੇ ਵੀ ਤੇ ਪਰਸਨਲ ਰਾਬਤਾ ਕਰਕੇ, ਨਵਾਜ਼ ਬਈ ਤੁਸੀਂ ਇਹ ਕੰਮ ਕਰੋ ਇਹ ਕੰਮ ਕਰੋ, ਕਿ ਕਿਸੇ ਨੂੰ ਕੋਈ ਰਿਸ਼ਵਤ ਰਿਸ਼ਵਤ ਲਾ ਕੇ ਕੰਮ ਆਪਣਾ ਜਿਹੜਾ ਕਹਿੰਦਾ ਚਲਾ ਲਓ। ਫਿਰ ਮੈਂ ਉਹ ਸਾਰੇ ਕੰਪਰੋਮਾਈਜ਼ ਜਿਹੜਾ ਮੈਂ ਪੈਸਿਆਂ ਦੀ ਬਚਤ ਬੁਚਤ ਛੱਡੀਏ ਤੇ ਕੰਮ ਜਿਹੜਾ ਕਹਿੰਦਾ ਸਿੱਧਾ ਕਰੀ, ਉਸੇ ਕਰਕੇ ਪੈਸੇ ਤਾਂ ਵਾਹਵਾ ਸਾਰੇ ਲੱਗ ਗਏ ਨੇ ਡਬਲ, ਠੀਕ ਆ, ਲੇਕਿਨ ਇਹ ਕਿ ਸਾਡਾ ਕੰਮ ਜਿਹੜਾ ਕਹਿੰਦਾ ਹੁੰਦਾ ਪਿਆ ਇਨਸ਼ਾਅੱਲਾ।